Hi everyone! This is and Welcome to my channel. In this video, I will love to be share with you jaldi Facebook that the ads run ka, how you can actually optimize it. Keri KPIs, key performance indicator ne jaldi tosi check karnye taaki tosi decision le paau ki ads sahi kam kar ad nahi sahi kam what do you need to do actually? What which ad you need to be stop or which ad you need to be keep running? That's the most important thing. Orne itte manto a real example de na jade, sa, de, clients the account uh, they clients. जिस तरीके अने क्लाइंट्स like दे की एड्स नीमामाइज करते हैं दैट्स हाउ आई वुड लाइक टू बी शो यू कि असं किस बेस के उत्तर डिशीजन की कि एड सही कम कर रही है या किसी एड सही कम नहीं कर रही हम एक बेस के उत्तर तुम मेरी चैक कर रहे हो इफ यू जस्ट एबल टू सी माई स्क्रीन मेरी एक एड के घट्टो घट छे तो सत्त एड्स रनिंग है ਛੇ ਤੋਂ ਸੱਤ ਐਡਸ ਰਨਿੰਗ ਦਾ ਮਤਲਬ ਇਹ ਬੇਸਿਕ ਪ੍ਰੈਕਟਿਸ ਆ ਅਗਰ ਤੁਸੀਂ ਕੋਈ ਵੀ ਐਡ ਸੈਟ ਰਨ ਕਰ ਰਹੇ ਹੋ ਤਾਂ ਮੇਕ ਸ਼ੋਰ ਦੈਟ ਤੁਹਾਡੇ ਕੋਲ ਮਿਨੀਮਮ 4 ਤੋਂ 5 ਐਡਸ ਟਰਨ ਔਨ ਹੋਣ ਤਾਂ ਕਿ ਫੇਸਬੁੱਕ ਕੋਲ ਆਪਸ਼ਨਸ ਹੋਵੇ ਕਿਹੜੀ ਐਡ ਉਹਨੇ ਕਿਸ ਤਰੀਕੇ ਦੇ ਕਿਸ ਪਰਸਨ ਨੂੰ ਦਿਖਾਣੀ ਹੈ ਤੇ ਕਿਹੜੀ ਐਡ ਬੈਸਟ ਪਰਫਾਰਮ ਕਰ ਰਹੀ ਹੈ ਦੈਟਸ ਹਾਊ ਯੂ ਨੀਡ ਟੂ ਡੂ ਅਗਰ ਤੁਸੀਂ ਇੱਕ ਦੋ ਐਡਸ ਹੈਗਾ ਫੇਸਬੁੱਕ ਡਸ ਨਾਟ ਹੈਵ ਐਨੀ ਕਾਈਂਡ ਆਫ ਆਪਸ਼ਨ ਤੇ ਉਹ ਤੇ ਪ੍ਰੋਬਲਮ ਆਏਗੀ ਤੇ ਤੁਹਾਡਾ ਜਿਹੜਾ ਸੀਪੀ ਆਰ ਐਕੋਸ ਪਰ ਰਿਜ਼ਲਟ ਹਮੇਸ਼ਾ ਹਾਈ ਰਹੇਗਾ to optimize it you need to be keep more ads they based on the kpis you need to be keep taking a decision ki kdr sahi kam kar rahi hai te kdr nahi kam kar rahi hai for example torte, de taur te main itthe tonu ads dikha reha hun tusi itthe dekhoge ik smiriya 7 ads standing on this time right now it's just 7 ads standing on de matlab facebook kol option hai kai tarah di ads lokan nu dikhayega te de, kedi ads best perform kar rahi hai that's how i can able to say it here hun itthe dekho ki ਜਿਹੜੀ on average cost ਹੈ cost per result ਕਈ ਐਸ ਦੀ 14 ਡਾਲਰ ਆ ਕਈਆਂ ਦੀ 8 ਆ ਕਈਆਂ ਦੀ 6 ਆ on average ਜੋ ਸੀ ਹੁਣ ਤੱਕ ਫਾਈਂਡ ਆਊਟ ਕੀਤਾ 6 ਤੋਂ 7 ਡਾਲਰ ਇਸ ਐਨ ਐਵਰੇਜ ਟੂ ਗੈਟ ਅ 1 ਮੈਸੇਜ ਜਿੰਨੋ ਸੀ cost ਪਰ ਰਿਜ਼ਲਟ ਯਾਦ ਰੱਖਣਾ ਜਿਹੜਾ ਇੱਥੇ ਮੈਂ ਮੈਸੇजेस ਰੱਖਿਆ ਇੱਕ ਮੈਸੇਜ ਮੈਨੂੰ 6 ਤੋਂ 7 ਡਾਲਰ ਦਾ ਪਏਗਾ ਬਟ ਇੱਥੇ ਹੁਣ 14 ਡਾਲਰ ਦਾ ਪੈ ਰਿਹਾ ਦੋ ਮੋਸਟ ਇੰਪੋਰਟੈਂਟ ਥਿੰਗ ਆਈ ਨੀਡ ਟੂ ਫਿਗਰ ਆਊਟ ਇਹ ਬਹੁਤ ਵੱਡਾ ਕੁਐਸਚਨ ਆ ਮੇਰੇ ਲਈ ਕਿ 14 ਡਾਲਰ ਦਾ ਕਿਉਂ ਆ ਅਗਰ ਮੈਂ ਇਹਨੂੰ ਆਪਟੀਮਾਈਜ਼ ਕਰਨਾ ਹੋਵੇ ਜਾਂ ਮੈਂ ਦੇਖਣਾ ਹੋਵੇ ਤਾਂ ਮੈਂ ਇਹ ਦੇਖਾਂਗਾ ਕਿ ਠੀਕ ਆ ਯਾਰ ਸੀਪੀਆਰ ਜਿਹੜਾ ਕੋਸਟ ਪਰ ਰਿਜ਼ਲਟ ਹਮੇਸ਼ਾ ਹਾਈ ਉਦੋਂ ਹੁੰਦਾ ਜਦੋਂ ਤੁਹਾਡੇ ਕੋਲ ਰਿਜ਼ਲਟ ਲੋ ਹੋਵੇ ਮੈਂ ਵਾਈਟ ਬੋਰਡ ਸ਼ੇਅਰ ਕਰ ਦੇਣਾ ਤੁਹਾਨੂੰ ਤਾਂ ਕਿ ਤੁਹਾਨੂੰ ਨਜ਼ਰ ਆ ਜਾਏ ਇਸ ਚੀਜ਼ ਨੂੰ ਹਮੇਸ਼ਾ ਇਹ ਗੱਲ ਯਾਦ ਰੱਖਣੀ ਹੈ ਤੁਸੀਂ ਜਿਹੜਾ ਸਾਡਾ ਸੀਪੀਆਰ ਹੈ ਕੋਸਟ ਪਰ ਰਿਜ਼ਲਟ ਹਮੇਸ਼ਾ ਹਾਈ ਉਦੋਂ ਹੋਏਗਾ ਜਦੋਂ ਸਾਡਾ ਰਿਜ਼ਲਟ ਲੋ ਹੋਏਗਾ ਰਿਜ਼ਲਟ ਜਿਹੜਾ ਹੋਏਗਾ ਸਾਡਾ ਹਮੇਸ਼ਾ ਜਦੋਂ ਲੋ ਹੋਇਆ ਤਾਂ ਉੱਥੇ ਸਾਡਾ ਸੀ Impression, impression CPR ਜਿਹੜਾ ਆ ਉਹ ਹਮੇਸ਼ਾ ਆ ਹੀ ਹੋਏਗਾ ਬਿਕਾਜ਼ ਇਟਸ ਅ ਨ ਗੇਮ ਆਫ ਇਮਪ੍ਰੈਸ਼ਨ ਹਾਊ ਇਮਪ੍ਰੈਸ਼ਨ ਵਰਕਸ ਬਟ ਇਥੇ ਹਮੇਸ਼ਾ ਤੁਸੀਂ ਯਾਦ ਰੱਖਿਓ ਕਿ CPR ਜਿਹੜਾ ਕੋਰਸ ਪਰ ਰਿਜ਼ਲਟ ਸਾਡਾ ਹਾਈ ਤਾਂ ਹੈ ਕਿਉਂਕਿ ਸਾਡੇ ਕੋਲ ਰਿਜ਼ਲਟ ਸਹੀ ਨਹੀਂ ਆ ਰਿਹਾ ਹੋਰ ਰਿਜ਼ਲਟ ਸਹੀ ਨਾ ਆਂਦੇ ਕਪਲ ਆਫ ਰੀਜ਼ਨਸ ਨੇ ਇਹ ਚੀਜ਼ ਤੁਸੀਂ ਉਹਨਾਂ ਜਾ ਕੇ ਚੈੱਕ ਕਰਨੀ ਹੈ ਪਹਿਲਾਂ ਕਿ ਤੁਹਾਡਾ ਜਿਹੜਾ CPR ਹੈ ਤੇ ਰਿਜ਼ਲਟਸ ਕਿਸ ਸਪੈਸਿਸ ਤੇ ਕੰਮ ਕਰ ਰਿਹਾ ਹੁਣ ਜਿਹੜਾ ਰਿਜ਼ਲਟ ਨਹੀਂ ਆ ਰਿਹਾ ਸੀ ਉਹ ਦਾ ਕਈ ਕਪਲ ਆਫ ਰੀਜ਼ਨਸ ਨੇ ਉਹ ਦਾ ਸਭ ਤੋਂ ਪਹਿਲਾ ਰੀਜ਼ਨ ਜਿਹੜਾ ਮੈਂ ਸਭ ਤੋਂ ਪਹਿਲਾ ਰੀਜ਼ਨ ਇਹ ਚੈੱਕ ਕਰਨਾ ਕਿ ਮੇਰੀ ਫ੍ਰੀਕਵੈਂਸੀ ਕੀ ਹੈ ਫ੍ਰੀਕਵੈਂਸੀ ਦਾ ਮਤਲਬ ਕੀ ਮੇਰੀ ਐਡ ਲੋਕਾਂ ਨੂੰ ਕਿੰਨੀ ਵਾਰੀ ਨਜ਼ਰ ਆ ਰਹੀ ਹੈ ਹੁਣ ਇਹ ਇਮਪ੍ਰੈਸ਼ਨ ਤੇ ਰੀਚ ਦੇ ਉੱਤੇ ਹੁੰਦਾ ਹੁਣ ਜੇ ਸਾਡੇ ਇਮਪ੍ਰੈਸ਼ਨ ਡਿਵਾਈਡਿਡ ਬਾਈ ਰੀਚ ਇਜ਼ ਇਕੁਅਲ ਟੂ ਸਾਡੇ ਫ੍ਰੀਕਵੈਂਸੀ ਆਦੀ ਹੁਣ ਜੇ ਤੁਸੀਂ ਚੈੱਕ ਕਰੋਗੇ ਕਿ ਆ ਮੇਰੀ ਆ ਐਡ ਦੀ ਜਿਹੜੀ ਫ੍ਰੀਕਵੈਂਸੀ ਆ 1.83 ਹੈ एक मैं जस्ट टिप देना चाहता उत्ते फ्रीकुएसी या दो टू पॉइंट फाइव या थ्री थ्री तो उत्ते फ्रीकुएसी हमेशा प्रॉब्लम क्रिएट कर दे इट इज़ वेस्टिंग योर मनी सो so, कोशिश रखियो कि इन हमेशा तो या हमेशा टू पॉइंट फाइव तो नीचे ही होवे या मैक्सिमम थ्री तो नीचे होवे नॉट द री टारगेटिंग कंपेन ऑन द कोल्ड ऑडियंस कंपेन सो ये हमेशा तीन तो नीचे होनी चाहिए कोशिश ढाई तो नीचे होवे गए टू पॉइंट फाइव तो नीचे होनी चाहिए जो नीचे है तो मीनस इट्स वर्क ਪਰਫੈਕਟਲੀ ਫਾਈਨ ਹੁਣ ਇਹ ਤੁਸੀਂ ਚੈੱਕ ਕਰੋਗੇ ਮੈਂ ਸੈਕਿੰਡ ਐਡਸ ਤੇ ਉੱਤੇ ਕੰਮ ਕਰਾ ਦੇਣਾ ਤੁਹਾਨੂੰ ਇੱਥੇ ਸੈਕਿੰਡ ਐਡਸ ਚੈੱਕ ਕਰੋਗੇ ਮੇਰੀ ਫ੍ਰੀਕੁਐਂਸੀ 2 ਹੈ ਮੀਨਸ ਇਟਸ ਫਾਈਨ ਮੇਰੇ ਅਕੋਰਡਿੰਗ ਲੋਕਾਂ ਨੂੰ ਇਹ ਐਡ ਜਾ ਰਹੀ ਹੈ ਤੇ ਯੂਨੀਕ ਲੋਕਾਂ ਨੂੰ ਇਹ ਐਡ ਜਾ ਰਹੀ ਹੈ ਇੱਕ ਬੰਦਾ ਜਾਂ ਵੱਤ ਵੱਤ ਅਸੀਂ ਕਹਿ ਦਈਏ ਦੋ ਵਾਰੀ ਇਹ ਐਡ ਨਜ਼ਰ ਦੇਖ ਰਿਹਾ ਠੀਕ ਹੈ ਮੇਰੀ ਫ੍ਰੀਕੁਐਂਸੀ ਬਿਲਕੁਲ ਸਹੀ ਹੈ ਮੈਨੂੰ ਪਰਫੈਕਟ ਲੱਗੀ ਅਗਰ ਇਹ ਜ਼ਿਆਦਾ ਹੁੰਦੀ ਤੇ ਮੈਨੂੰ ਕੁਐਸਚਨ ਮਾਰਕਸ ਸੀਗਾ ਕਿ ਫ੍ਰੀਕੁਐਂਸੀ ਜ਼ਿਆਦਾ ਇੱਥੇ ਮੈਨੂੰ ਐਡਸ ਟਰਨ ਆਫ ਕਰਨੀ ਹੀ ਪਈ but it the my frequencies are uh, yeah there is uh, no reason i turn off the ad uh, but another stuff i would like to see ki ctr kya honi da ctr bhi high hai hamesha ctr high hona chahiye ctr da matlab hunda click divided by impression uh, is equal to ctr ki kinne impression ch sanu kinne clicks mile hai to e ctr hamesha high hona chahiye hamesha it's always be high so jis ctr mera high hai, hai ite 3 da ctr hai which means around ਇਸ ਇਤਨੇ ਲੋਕ ਜਿਹੜੇ ਆ ਉਹ ਐਡ ਨੂੰ ਦੇਖ ਰਹੇ ਆ ਤੇ ਪਲੱਸ ਕਲਿਕਸ ਵੀ ਕਰ ਰਹੇ ਆ ਮੀਨਸ ਇਹ ਐਡ ਇਜ਼ ਫਾਈਨ ਕਿ ਲੋਕ ਇਸ ਐਡ ਨੂੰ ਦੇਖ ਰਹੇ ਆ ਦੇਖ ਕੇ ਉਹਨਾਂ ਨੂੰ ਪਸੰਦ ਵੀ ਆਈ ਤੇ ਉਹਨਾਂ ਨੇ ਕਲਿਕ ਵੀ ਕੀਤਾ ਬਟ ਮੇਰੇ ਕੋਲ ਰਿਜ਼ਲਟ ਨਹੀਂ ਆ ਰਿਹਾ ਇਸ ਐਡ ਦੇ ਉੱਤੇ ਜਿਹੜਾ ਸਾਡਾ ਰਿਜ਼ਲਟ ਉਹ ਬਹੁਤ ਘੱਟ ਹੈ ਇਹ ਗ੍ਰਸ਼ਮਾ ਕਾਹਨ ਰਿਜ਼ਲਟ ਘੱਟ ਹੋਣ ਦਾ ਕੀ ਰੀਜ਼ਨ ਹੋ ਸਕਦਾ ਅਗਰ ਤੁਸੀਂ ਕਹੋ ਕਿ ਟਾਰਗੇਟ ਆਡੀਅנס ਚੇਂਜ ਕਰਨੀ ਹੈ ਵੀ ਕੈਨ ਨਾਟ ਬਿਕਾਜ਼ ਇੱਕ ਐਡ ਸੈਟ ਦੇ ਵਿੱਚ ਸਾਨੂੰ ਰਿਜ਼ਲਟ ਵਧੀਆ ਆ ਰਿਹਾ ਮੀਨਸ ਮੇਰੀ ਟਾਰਗੇਟ ਆਡੀਅנס ਸਹੀ ਹੈ ਸਿਰਫ ਤੇ ਸਿਰਫ ਮੈਂ অপਟੀਮਾਈਜੇਸ਼ਨ ਐਡ ਲੈਵਲ ਤੇ ਕਰ ਰਹੇ ਹਾਂ ਗੱਲ ਯਾਦ ਰੱਖਿਓ ਸੋ ਐਡ ਲੈਵਲ ਦੇ ਵਿੱਚ ਜਾਂ ਤੇ client ਨੂੰ ਇਹ product ਨਹੀਂ ਪਸੰਦ ਆ ਰਿਹਾ ਜਾਂ ਫਿਰ ਉਹਦਾ ਕਲਰ ਨਹੀਂ ਪਸੰਦ ਆ ਰਿਹਾ ਜਾਂ ਉਹਦਾ ਸਟਾਈਲ ਨਹੀਂ ਪਸੰਦ ਆ ਰਿਹਾ this kind of ਪ੍ਰੋਬਲਮਸ ਕੈਨ ਹੈਪਨ ਥਿਸ ਕਾਈਂਡ ਆਫ ਥਿੰਗਸ ਕੈਨ ਹੈਪਨ ਸੋ ਇਸ ਦੇ ਪੇਸ ਤੇ ਉੱਤੇ ਮੈਂ ਸਿੱਧਾ ਕੋਰ ਡਿਸੀਜਨ ਇਹ ਲਾਂਗਾ ਕਿ ਯਾਰ ਇਹ ਮੇਰੀ ਐਡ ਜਿਹੜੀ ਰਿਜ਼ਲਟ ਹੈ ਉਹ ਬਹੁਤ ਮਹਿੰਗਾ ਪੈ ਰਿਹਾ ਤੇ ਇਹਦਾ ਰਿਜ਼ਲਟ ਵੀ ਸਹੀ ਨਹੀਂ ਆ ਰਿਹਾ ਕੋਸਟ ਪਰ ਰਿਜ਼ਲਟ ਹਾਈ ਹੈ ਤੇ ਬਟ ਜਿਹੜਾ ਰਿਜ਼ਲਟ ਐਕਚੁਅਲ ਚ ਸਹੀ ਨਹੀਂ ਆ ਰਿਹਾ ਬਟ ਮੇਰਾ ਸੀਟੀਆਰ ਸਹੀ ਹੈ ਅਗਰ ਸੀਟੀਆਰ ਲੋ ਹੁੰਦਾ ਜਾਂ ਬਹੁਤ ਹਾਈ ਹੁੰਦਾ ਫਿਰ ਵੀ ਮੈਂ ਡਿਸੀਜਨ ਲੈਣੇ ਸੀਗੇ ਬਟ ਜਿਹੜਾ ਸੀਟੀਆਰ ਲੋ ਹੁੰਦਾ ਤਾਂ ਮੈਨੂੰ ਇਹ ਹੁੰਦਾ ਕਿ ਸੀਗੇ ਕਿ ਸੀਟੀਆਰ ਲੋ ਹੈ ਬਿਕਾਜ਼ ਮਾਈਟ ਬੀ ਦਾ ਆਡੀਅנס ਇਜ਼ ਨਾਟ ਰਾਈਟ ਬਟ ਸੀਟੀਆਰ ਠੀਕ ਹੈ ਤੇ ਫ੍ਰੀਕੁਐਂਸੀ ਸਹੀ ਹੈ एवरीथिंग ਇਜ਼ ਲੁੱਕਸ ਫਾਈਨ ਸਟਿਲ ਮੇਰੇ ਕੋਲ ਰਿਜ਼ਲਟ ਨਹੀਂ ਆ ਰਿਹਾ ਲੋਕ ਦੇਖ ਰਿਹਾ ਐਡ ਲੋਕ ਕਲਿੱਕ ਕਰ ਰਹੇ ਲੋਕਾਂ ਕੋਲ ਪਹੁੰਚ ਰਹੀ ਹੈ ਸਟਿਲ ਰਿਜ਼ਲਟ ਨਹੀਂ ਆ ਰਿਹਾ ਤਾਂ ਇੱਥੇ ਮੈਨੂੰ ਇਹੀ ਕੁਐਸਚਨ ਕ੍ਰੀਏਟ ਹੋ ਰਿਹਾ ਕਿ ਇਹ ਮੇਰੀ ਜਿਹੜੀ ਐਡ ਹੈ ਪ੍ਰੋਡਕਟ ਮੇਰੇ ਜਿਹੜੀ ਆਡੀਅנס ਨੂੰ ਪਸੰਦ ਨਹੀਂ ਆ ਰਹੀ ਸੋ ਆਈ ਟਰਨਡ ਆਫ ਥਿਸ ਐਡ ਸੇਮ ਵੇ ਉੱਪਰ ਆ ਸੀ ਟੀ ਆਰ ਹੈਜ਼ ਫਾਈਨ ਫ੍ਰੀਕੁਐਂਸੀ ਇਜ਼ ਬਿਲੋ 2.5 ਵਿਚ ਇਜ਼ ਫਾਈਨ ਲੋਕਾਂ ਕੋਲ ਜਾ ਰਹੀ ਹੈ एवरीथिंग ਇਜ਼ ਡਨ ਸੋ ਸਟਿਲ ਮੇਰੀ ਜਿਹੜੀ ਇਹ ਐਡ ਦਾ ਕੋਸ ਪਰ ਰਿਜ਼ਲਟ ਆ ਉਹ 14 ਡਾਲਰ ਆ ਰਿਹਾ ਬਹੁਤ ਜ਼ਿਆਦਾ ਆ ਰਿਹਾ ਜਿਹਦੇ ਕਰਕੇ ਮੈਨੂੰ ਇਹ ਡਿਸੀਜਨ ਲੈ ਰਿਹਾ ਕਿ ਨਾ ਇਟਸ ਇਟ ਸ਼ੁੱਡ ਬੀ ਟਰਨਡ ਇਟ ਆਫ ਸੋ ਮੇਰੀ ਇਹ ਐਡ ਵੀ ਟਰਨਡ ਆਫ ਹੋ ਗਈ ਹੁਣ ਤੁਸੀਂ ਕੀ ਕਰਨਾ ਜਾ ਕੇ ਚੈੱਕ ਕਰਨਾ ਜਿਹੜੇ ਜਿਹੜੇ ਫੇਸਬੁੱਕ ਐਡਸ ਰਨ ਕਰ ਰਹੇ ਨੀਡ ਟੂ ਚੈੱਕ ਕਿ ਵਿਚ ਐਡ ਵਰਕਿੰਗ ਵਾਲ ਹਾਈਲੀ ਰეკਮੈਂਡ ਤਿੰਨ ਤੋਂ ਚਾਰ ਐਡਸ ਮਿਨੀਮਮ ਰੱਖਿਓ ਤਾਂ ਕਿ ਤੁਸੀਂ ਡਿਸੀਜਨ ਲੈ ਪਾਓ ਹੈਵ ਐਨੀ ਕਾਈਂਡ ਆਫ ਕੁਐਸਚਨ ਲੈਟ ਮੀ ਨੋ ਇਨ ਦਾ ਕਮੈਂਟਸ ਆਈ ਹੋਪ ਥਿਸ ਵੀਡੀਓ ਰੀਲੀ ਹੈਲਪ ਯੂ ਆਊਟ Keep optimize your ads regular every two weeks, yeah, one week, yeah, three weeks. When you when you think it works well, have to be optimized in our way so that you can save money. They know continuously working. I hope that really helps. Thank you so much for watching this video. Thank you so much.